ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਦਿਲਬਾਗ ਸਿੰਘ ਰੰਧਾਵਾ, ਚੈਸਟ ਐਂਡ ਸਲੀਪ ਮੈਡੀਸਨ ਸਪੈਸ਼ਲਿਸਟ। ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਕੋਮਨ ਟੋਪਿਕ ਬਾਰੇ, ਪਿਊਰਲ ਇਫਿਊਜ਼ਨ, ਜਿਸਨੂੰ ਆਮ ਹੀ ਆਪਾਂ ਪੇਸ਼ੈਂਟਸ ਕੋਲ ਕਹਿੰਦੇ ਸੁਣਦੇ ਹਾਂ ਕਿ ਫੇਫੜਿਆਂ ਦੇ ਵਿੱਚ ਪਾਣੀ ਭਰ ਗਿਆ। ਉਸਦੇ ਕੀ ਕਾਰਨ ਹੁੰਦੇ ਹਨ, ਪੇਸ਼ੈਂਟ ਕਿਸ ਸਿਮਟਮ ਦੇ ਨਾਲ ਸਾਡੇ ਕੋਲ ਆਉਂਦਾ ਹੈ, ਉਸਨੂੰ ਡਾਇਗਨੋਸ ਕਿਵੇਂ ਕਰਦੇ ਹਾਂ ਅਤੇ ਟ੍ਰੀਟ ਕਿਵੇਂ ਕਰਦੇ ਹਾਂ। ਤਾਂ ਮੋਸਟਲੀ ਸਭ ਤੋਂ ਪਹਿਲਾਂ ਇਸਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਇਸਦੇ ਕਾਰਨ ਕੀ ਹੁੰਦੇ ਹਨ। ਸਭ ਤੋਂ ਕੋਮਨ ਕਾਰਨ ਇਸਦਾ ਹਾਰਟ ਫੇਲੀਅਰ ਹੁੰਦਾ ਹੈ। ਉਸ ਤੋਂ ਇਲਾਵਾ ਇਨਫੈਕਸ਼ਨਸ, ਜਿਨ੍ਹਾਂ ਦੇ ਵਿੱਚ ਨਿਮੋਨੀਆ ਕਿਸੇ ਵੀ ਕਾਰਨ ਕਰਕੇ, ਚਾਹੇ ਉਹ ਬੈਕਟੀਰੀਅਲ ਆ, ਚਾਹੇ ਫੰਗਲ, ਚਾਹੇ ਵਾਇਰਲ, ਚਾਹੇ ਟਿਊਬਰਕਲੋਸਿਸ, ਵਨ ਆਫ ਦੀ ਮੋਸਟ ਕਾਮਨ ਕਾਰਨ ਇਨਫੈਕਸ਼ਨ ਡਿਜ਼ੀਜ਼ ਦੇ ਵਿੱਚ ਆ ਜਾਂਦਾ। ਤੀਸਰੇ ਨੰਬਰ ਤੇ ਮੋਸਟ ਕਾਮਨ ਕਾਰਨ ਮੈਗਨੈਂਸੀ ਰਹਿੰਦਾ ਹੈ ਜੀ। ਇਸ ਤੋਂ ਇਲਾਵਾ ਕਿਸੇ ਦਾ ਵੀ ਅਗਰ ਲਿਵਰ ਫੰਕਸ਼ਨ ਪ੍ਰੋਪਰ ਨਹੀਂ ਹੈਗੀ, ਲਿਵਰ ਸਿਰੋਸਿਸ ਆ ਗਿਆ, ਜਾਂ ਕਿਸੇ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਆ, ਪੇਸ਼ੈਂਟ ਡਾਇਲਿਸਿਸ ਤੇ ਆ, ਜਾਂ ਕੋਈ ਪੇਸ਼ੈਂਟ ਸੁਪੀਰੀਅਰ ਵੇਨਾ ਕੇਵਾ ਸਿੰਡਰੋਮ ਓਬਸਟ੍ਰਕਸ਼ਨ ਦੇ ਨਾਲ ਹੈ, ਜਾਂ ਪਲਮਨਰੀ ਐਂਬੋਲਿਜ਼ਮ, ਰੋਮੇਟਡ ਆਰਥਰਾਈਟਸ, ਕਨੈਕਟਿਵ ਟਿਸ਼ੂ ਡਿਸਆਰਡਰਸ, SLE, ਪੈਨਕ੍ਰੀਟਾਈਟਸ, ਇਹਨਾਂ ਸਾਰੀਆਂ ਡਿਜ਼ੀਜ਼ ਦੇ ਵਿੱਚ ਪਲੂਰਲ ਇਫਿਊਜ਼ਨ ਹੋ ਸਕਦੀ ਹੈ। ਪੇਸ਼ੈਂਟ ਇਸ ਦੇ ਵਿੱਚ ਜ਼ਿਆਦਾਤਰ ਆਉਂਦਾ ਹੈ, ਉਸਦੇ ਚੈਸਟ ਪੇਨ ਹੋ ਰਿਹਾ ਹੁੰਦਾ ਹੈ, ਜਿਹੜਾ ਲੰਬਾ ਸਾਹ ਲੈਣ ਤੇ ਵੱਧਦਾ ਹੈ, ਨਾਲ ਸੁੱਕੀ ਖਾਂਸੀ ਹੁੰਦੀ ਹੈ, ਨਾਲ ਸਾਹ ਦੀ ਦਿੱਕਤ ਹੁੰਦੀ ਹੈ, ਨਾਲ ਜੇਕਰ ਪੇਸ਼ੈਂਟ ਨੂੰ ਕਿਸੇ ਇਨਫੈਕਸ਼ਨ ਡਿਜ਼ੀਜ਼ ਦੇ ਫੀਚਰ ਹਨ ਤਾਂ ਉਸਦੇ ਵਿੱਚ ਫੀਵਰ ਵਗੈਰਾ ਵੀ ਹੁੰਦਾ ਹੈ। ਜੇ ਹਾਰਟ ਫੇਲੀਅਰ ਦਾ ਪੇਸ਼ੈਂਟ ਆ, ਉਸਦੇ ਵਿੱਚ ਪੇਸ਼ੈਂਟ ਦਾ ਸਾਹ ਲੇਟਣ ਤੇ ਜ਼ਿਆਦਾ ਚੜ ਜਾਂਦਾ ਹੈ। ਜੇ CKD ਦਾ ਪੇਸ਼ੈਂਟ ਆ, ਜਨਰਲਾਈਜ਼ ਐਨਾਸਾਰਕਾ ਹੁੰਦਾ ਹੈ, ਫੇਸ਼ੀਅਲ ਪਫੀਨੈਸ, ਸਵੈਲਿੰਗ ਹੁੰਦੀ ਹੈ ਜੀ। ਇਸ ਤਰ੍ਹਾਂ ਅਲੱਗ ਅਲੱਗ ਪਾਣੀ ਦੇ ਭਰਨ ਦੇ ਜੋ ਕਾਰਨ ਆ, ਪੇਸ਼ੈਂਟ ਉਵੇਂ ਦੇ ਸਿਮਟਮ ਦੇ ਨਾਲ ਪ੍ਰੈਜੈਂਟ ਕਰਦਾ ਹੈ। ਇਸਨੂੰ ਡਾਇਗਨੋਸ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਬੇਸਿਕ ਇੱਕ ਚੈਸਟ ਐਕਸਰੇ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਅਲਟਰਾਸਾਊਂਡ ਕਰਦੇ ਹਾਂ। ਅਲਟਰਾਸਾਊਂਡ ਦੇ ਨਾਲ ਅਸੀਂ ਪਾਣੀ ਕੱਢਦੇ ਹਾਂ, ਅਲਟਰਾਸਾਊਂਡ ਗਾਈਡਡ ਪਲੂਰਲ ਟੈਪ ਕਰਦੇ ਹਾਂ, ਫਿਰ ਉਸਨੂੰ ਜਾਂਚ ਵਾਸਤੇ ਭੇਜਦੇ ਹਾਂ ਤਾਂ ਕਿ ਉਸਦਾ ਆਪਾਂ ਨੂੰ ਕਾਰਨ ਪਤਾ ਚੱਲ ਸਕੇ ਕਿ ਕਿਸ ਕਾਰਨ ਕਰਕੇ ਪਾਣੀ ਭਰਿਆ ਸੀਗਾ ਜੀ। ਅਕੋਰਡਿੰਗਲੀ ਆਪਾਂ ਫਰਦਰ ਇਨਵੈਸਟੀਗੇਸ਼ਨ ਕਰਦੇ ਹਾਂ, ਕਈ ਵਾਰ CCT ਚੈਸਟ ਦੀ ਜ਼ਰੂਰਤ ਪੈਂਦੀ ਹੈ, ਅਲਟਰਾਸਾਊਂਡ ਐਬਡੋਮਨ ਦੀ ਜ਼ਰੂਰਤ ਪੈਂਦੀ ਹੈ, 2D ਇਕੋਗ੍ਰਾਫੀ ਕਰਨੀ ਪੈਂਦੀ ਹੈ, ਤਾਂ ਸਾਰਾ ਕੁਝ ਡਿਪੈਂਡ ਕਰਦਾ ਕਿ ਪਾਣੀ ਕੱਢਣ ਤੋਂ ਬਾਅਦ ਉਸਦੀ ਜਾਂਚ ਭੇਜਣੀ ਪੈਂਦੀ ਹੈ। ਇੱਥੇ ਮੈਂ ਥੋੜ੍ਹਾ ਦੱਸਣਾ ਚਾਹਾਂਗਾ ਕਿ ਆਪਣੇ ਲੋਕਾਂ ਦੇ ਵਿੱਚ ਥੋੜ੍ਹੀ ਮਿੱਥ ਬਣੀ ਹੁੰਦੀ ਹੈ ਕਿ ਕੋਈ ਪੇਸ਼ੈਂਟ ਨੂੰ ਜਦੋਂ ਦੱਸਿਆ ਜਾਂਦਾ ਹੈ ਕਿ ਤੁਹਾਡੇ ਪਾਣੀ ਆ ਰਿਹਾ ਹੈ, ਤਾਂ ਥੋੜ੍ਹਾ ਜਿਹਾ ਪੇਸ਼ੈਂਟ ਨੂੰ ਹੁੰਦਾ ਹੈ ਕਿ ਤੁਸੀਂ ਇਸ ਨੂੰ ਉਵੇਂ ਹੀ ਠੀਕ ਕਰ ਦਿਉ, ਦਵਾਈਆਂ ਦੇ ਦਿਉ ਅਤੇ ਅਸੀਂ ਪਾਣੀ ਨਹੀਂ ਕਢਵਾਉਣਾ ਚਾਹੁੰਦੇ। ਲੇਕਿਨ ਕੀ ਹੁੰਦਾ ਕਿ ਪਾਣੀ ਭਰਨ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਅਤੇ ਤੁਸੀਂ ਉਹਨਾਂ ਸਾਰੀਆਂ ਦਾ ਇੰਪੀਰੀਕਲੀ ਬੇਸ ਤੇ ਟ੍ਰੀਟਮੈਂਟ ਨਹੀਂ ਸਟਾਰਟ ਕਰ ਸਕਦੇ। ਜਿਵੇਂ ਕਿਸੇ ਪੇਸ਼ੈਂਟ ਦਾ ਅਗਰ ਪਾਣੀ ਭਰਨ ਦਾ ਕਾਰਨ TB ਹੈ ਤਾਂ ਸਾਨੂੰ TB ਨੂੰ ਟ੍ਰੀਟ ਕਰਨਾ ਪਏਗਾ। ਅਗਰ ਉਹ ਪਾਣੀ ਭਰਨ ਦਾ ਕਾਰਨ ਹਾਰਟ ਫੇਲੀਅਰ ਹੈ ਤਾਂ ਸਾਨੂੰ ਉਹ ਚੀਜ਼ ਨੂੰ ਟ੍ਰੀਟ ਕਰਨਾ ਪਏਗਾ। ਇਸ ਤੋਂ ਇਲਾਵਾ ਅਗਰ ਉਹ ਲਿਵਰ ਸਿਰੋਸਿਸ ਜਾਂ ਕੈਂਸਰ ਕਰਕੇ ਜਾਂ CKD ਕਰਕੇ ਹੈ ਤਾਂ ਸਾਨੂੰ ਉਹਨਾਂ ਚੀਜ਼ਾਂ ਨੂੰ ਨਾਲ ਨਾਲ ਟ੍ਰੀਟ ਕਰਨਾ ਪੈਂਦਾ। ਇਸ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਸ ਦੇ ਵਿੱਚ ਜੋ ਹੈਗੀ ਹੈ ਕਿ ਪਾਣੀ ਨੂੰ ਕੱਢ ਕੇ ਉਸਦੀ ਜਾਂਚ ਭੇਜਣੀ, ਫਿਰ ਉਸਦੇ ਅਕੋਰਡਿੰਗਲੀ ਟ੍ਰੀਟਮੈਂਟ ਸਟਾਰਟ ਕਰਨਾ। ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਹੈਲਪ ਲੈ ਸਕਦੇ ਹੁੰਦੇ ਹਾਂ ਥੋਰੈਕੋਸਕੋਪੀ ਦੀ, ਦੂਰਬੀਨ ਰਾਹੀਂ ਅਸੀਂ ਕਈ ਵਾਰ ਪਲੂਰਲ ਬਾਇਓਪਸੀ ਲੈਂਦੇ ਹਾਂ ਅਗਰ ਸਾਨੂੰ ਪਾਣੀ ਭਰਨ ਦਾ ਕਾਰਨ ਨਹੀਂ ਸਮਝ ਲੱਗ ਰਿਹਾ ਤੇ ਅਸੀਂ ਟੈਪ ਕਰ ਲਿਆ, ਉਸਦੇ ਵਿੱਚ ਵੀ ਸਾਨੂੰ ਪਿਕਚਰ ਜ਼ਿਆਦਾ ਕਲੀਅਰ ਨਹੀਂ ਹੋਈ ਕਿ ਕਿਸ ਕਾਰਨ ਕਰਕੇ ਪਾਣੀ ਭਰ ਰਿਹਾ, ਫਿਰ ਅਸੀਂ ਵਿਦ ਦੀ ਹੈਲਪ ਆਫ ਥੋਰੈਕੋਸਕੋਪ ਉਹ ਜਗ੍ਹਾ ਤੋਂ ਇੱਕ ਪੀਸ ਲੈ ਲੈਂਦੇ ਹਾਂ ਅਤੇ ਉਸਦੀ ਜਾਂਚ ਵਾਸਤੇ ਭੇਜਦੇ ਹਾਂ। ਉਸਦੇ ਨਾਲ ਸਾਡੀ ਡਾਇਗਨੋਸਟਿਕ ਐਕੂਰੇਸੀ ਹੋਰ ਵੱਧ ਜਾਂਦੀ ਹੈ, ਸਾਨੂੰ ਕਾਰਨ ਮਿਲ ਜਾਂਦਾ ਹੈ। ਕਈ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦਾ ਪਾਣੀ ਬਹੁਤ ਜ਼ਿਆਦਾ ਭਰਿਆ ਹੁੰਦਾ, ਆਲਮੋਸਟ ਜਿਹੜਾ ਲੰਘਾ ਵਾਈਟ ਆਊਟ ਹੋਇਆ ਹੁੰਦਾ ਹੈ ਚੈਸਟ ਐਕਸਰੇ ਦੇ ਉੱਤੇ, ਉਹਨਾਂ ਦੇ ਵਿੱਚ ਕਈ ਵਾਰ ਸਾਨੂੰ ਹੈਲਪ ਲੈਣੀ ਪੈਂਦੀ ਆ, ਚੈਸਟ ਟਿਊਬ ਪਾਉਣੀ ਪੈ ਜਾਂਦੀ ਆ, ਜਾਂ ਛੋਟਾ ਪਿਗਟੇਲ ਕੈਥੇਟਰ ਹੁੰਦਾ ਉਹ ਪਾਉਣਾ ਪੈਂਦਾ, ਜਾਂ ਇਨਡਵੈਲਿੰਗ ਪਲੂਰਲ ਕੈਥੇਟਰ ਪਾਉਣੇ ਪੈਂਦੇ ਆ ਉਹ ਪੇਸ਼ੈਂਟ ਨੂੰ ਸਿਮਟੋਮੈਟਿਕ ਰਿਲੀਵ ਕਰਨ ਲਈ, ਕਿਉਂਕਿ ਸਾਹ ਦੀ ਦਿੱਕਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਸਾਰਾ ਕੁਝ ਅਸੀਂ ਅਮਨ ਦੀ ਮੈਡੀਸਿਟੀ ਦੇ ਵਿੱਚ ਕਰ ਰਹੇ ਹਾਂ। ਤਾਂ ਕੋਈ ਵੀ ਪੇਸ਼ੈਂਟ ਇਸਨੂੰ ਐਵੇਂ ਦੀ ਦਿੱਕਤ ਆ ਰਹੀ ਹੈ, ਪਲੂਰਲ ਇਫਿਊਜ਼ਨ, ਫੇਫੜਿਆਂ ਦੇ ਬਾਹਰ ਪਾਣੀ ਭਰਿਆ ਪਿਆ, ਤਾਂ ਅਸੀਂ ਇਸਨੂੰ ਕੱਢ ਕੇ ਉਸਦੇ ਸਾਰੇ ਜਾਂਚ ਭੇਜ ਕੇ ਉਸਨੂੰ ਟ੍ਰੀਟ ਕਰ ਸਕਦੇ ਹਾਂ। ਥੈਂਕ ਯੂ ਸੋ ਮਚ।